ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸ਼ੀਰਾ ਬਣਵਾਉਰਾ ਸਭ ਤੋਂ ਪਹਿਲਾਂ ਜਿੰਨੇ ਵੀ ਅੱਜ ਪਾਰਟੀ ਨੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਵਗੈਰਾ ਲਾਏ ਆ ਤੁਹਾਨੂੰ ਪਾਰਟੀ ਦੀ ਨਵੀਂ ਜ਼ਿੰਮੇਵਾਰੀ ਤੇ ਵਧਾਈਆਂ ਮੈਨੂੰ ਵੀ ਆਸ ਸੀ ਮੈਨੂੰ ਵੀ ਬਹੁਤ ਫੋਨ ਆਏ ਅੱਜ ਸਾਰੇ ਹਲਕੇ ਚੋਂ ਬਾਹਰੋਂ ਐਨ ਆਰ ਆਈ ਭਰਾਵਾਂ ਦੇ ਯਾਰਾਂ ਦੋਸਤਾਂ ਦੇ ਕਸ਼ੀਰੇ ਬਾਈ ਤੇਰਾ ਨਾਮ ਕਿਉਂ ਨਹੀਂ ਆਇਆ ਤੇਰਾ ਹੱਕ ਬਣਦਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸਾਰਿਆਂ ਨੂੰ ਲੱਗਦਾ ਕਿ ਮੈਂ ਬਹੁਤ ਮਿਹਨਤ ਕੀਤੀ ਆ ਮੈਂ ਜਦੋਂ ਤੋਂ 2017 ਅਗਸਤ ਤੋਂ ਤੁਰਿਆ ਤਾਂ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਇਮਾਨਦਾਰੀ ਨਾਲ ਵਫਾਦਾਰੀ ਨਾਲ ਜਿੱਥੇ ਵੀ ਰਿਹਾ ਜਿਸ ਪਰਿਵਾਰ 'ਚ ਵੀ ਬੈਠਿਆ ਜੇ ਕਿਸੇ ਦੇ ਘਰੇ ਵੀ ਗਿਆ ਕਿਸੇ ਦੋਸਤ ਨਾਲ ਦੋਸਤੀ ਵੀ ਕੀਤੀ ਪਾਰਟੀ 'ਚ ਵੀ ਗਿਆ ਤਾਂ ਦਿਲ ਤੋਂ ਕੀਤਾ ਬਹੁਤ ਕੰਮ ਕੀਤਾ ਦਿਨ ਰਾਤ ਇੱਕ ਕੀਤਾ ਭਾਵੇਂ ਦਿੱਲੀ ਚੋਣਾ ਹੋਣਾ ਭਾਵੇਂ ਪੰਜਾਬ ਚ ਪਾਰਟੀ ਵੱਲੋਂ ਵੱਖੋ ਵੱਖਰੇ ਤੌਰ ਤੇ ਮੇਰੀ ਡਿਊਟੀ ਕਿਤੇ ਵੀ ਲਾਈ ਗਈ ਹਰ ਜਗ੍ਹਾ ਆਪ ਦੀ ਬੇਤ ਨਾਲੋਂ ਵੱਧ ਕੀਤਾ ਪਰ ਅੱਜ ਜਦੋਂ ਅਚਨ-ਚੇਤੀ ਪਾਰਟੀ ਦਾ ਇਹ ਫੈਸਲਾ ਆਇਆ ਤਾਂ ਦਿਲ ਤਾਂ ਮੇਰਾ ਵੀ ਟੁੱਟਿਆ ਕਿਉਂਕਿ ਬਹੁਤ ਵੱਡੀ ਆਸ ਸੀ ਮੈਨੂੰ ਮੈਂ ਬਹੁਤ ਕੰਮ ਕੀਤਾ ਸੀ ਦਿਨ ਰਾਤ ਇੱਕ ਕਰਕੇ ਮੈਂ ਕਦੇ ਜੁਆਕਾਂ ਦੀ ਪ੍ਰਵਾਹ ਨਹੀਂ ਕੀਤੀ ਆਪਦੇ ਜਿੰਨੇ ਕੁ ਜੋਗਾ ਹੈਗਾ ਸੀ ਪੈਸੇ ਦਾ ਆਪਦੇ ਸਰੀਰ ਦੀ 4 400 ਕਿਲੋਮੀਟਰ ਗੱਡੀ ਚਲਾ ਕੇ ਲੋਕਾਂ 'ਚ ਖੜਨ ਦਾ ਯਤਨ ਕੀਤਾ ਕਦੇ ਵੀ ਕੋਈ ਬੰਦਾ ਕਹਿ ਦੇਵੇ ਕਿ ਮੈਂ ਕਿ ਸ਼ੀਰਾ ਬਣਵਾਉ ਰਾ ਚਾਹ ਦੇ ਕੱਪ ਤਾਂ ਮੈਂ ਰਵਾਦਾਰ ਆ ਕਿ ਮੈਂ ਕਿਸੇ ਤੋਂ ਲਏ ਆ ਮੈਂ ਕਿਸੇ ਦੇ ਦੇਣੇ ਆ ਕਿਉਂਕਿ ਪਾਰਟੀ ਨੇ ਇੱਕੋ ਹੀ ਗੱਲ ਸਿਖਾਈ ਸੀ ਕਿ ਸਾਫ਼ ਸੁਥਰੇ ਬੰਦਿਆਂ ਦੀ ਲੋੜ ਆ ਮੈਂ ਤਾਂ ਬਹੁਤ ਯਤਨ ਕੀਤਾ ਆਪਣੇ ਆਪ ਨੂੰ ਢਾਲ ਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਨ ਦਾ ਨੌਜਵਾਨਾਂ 'ਚ ਉਹਨਾਂ ਦੇ ਘਰਾਂ 'ਚ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਭੈਣਾਂ ਬਜ਼ੁਰਗਾਂ ਨੂੰ ਸਿਰ ਝੁਕਾ ਕੇ ਰਹਿਆਂ ਪਰ ਫਿਰ ਕਿਵੇਂ ਤੇ ਕੈਂਡੀਡੇਟ ਚਾਹੀਦੇ ਆ ਤੁਹਾਨੂੰ ਤੁਸੀਂ ਕਹਿੰਦੇ ਹੋ ਵੀ ਯੂਥ ਚਾਹੀਦਾ ਯੂਥ ਹਾਜ਼ਰ ਹੈ ਸਾਫ਼ ਸੁਥਰਾ ਚਾਹੀਦਾ ਦੱਸੋ ਕੋਈ ਪਰਚਾ ਨਹੀਂ ਤੁਸੀਂ ਮਿਹਨਤ ਕਰੋ ਸਰਵੇ ਚ ਆਉਣਾ ਚਾਹੀਦਾ ਕਰਵਾਓ ਸਰਵਾ ਮੈਂ ਤਿਆਰ ਆਂ ਪਰ ਕਿਵੇਂ ਹੁੰਦਾ ਸਰਵਾ ਸਾਨੂੰ ਤਾਂ ਪਤਾ ਲੱਗੇ ਬੱਚੇ-ਬੱਚੇ ਦਾ ਫੋਨ ਦੁਪਹਿਰ ਤੋਂ ਸ਼ਾਮ ਤੋਂ ਆ ਰਿਹਾ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪਿੰਡ ਤੋਂ ਕੋਈ ਫੋਨ ਆਇਆ ਹੋਵੇ ਬਹੁਤ ਸਨੇਹ ਯਾਰ ਫਿਰ ਆਪਾਂ ਕਿਵੇਂ ਸਿਸਟਮ ਬਦਲਾਂਗੇ ਆਪਾਂ ਕਹਿੰਨੇ ਇਨਕਲਾਬ ਲੈ ਕੇ ਆਉਣਾ ਕਿਵੇਂ ਲੈ ਕੇ ਆਵਾਂਗੇ ਦੱਸੋ ਕਿਵੇਂ ਮੈਨੂੰ ਦੱਸੋ ਤੁਸੀਂ ਦੱਸੋ ਤੁਸੀਂ ਦੱਸੋ ਮੈਂ ਕੀ ਕਰਾਂ ਕਿਵੇਂ ਮਿਹਨਤ ਕਰਾਂ ਹੋਰ ਹੋਰ ਮਿਹਨਤ ਕੀ ਹੁੰਦੀ ਆ ਕਿੰਨੀ ਕਰਾਂ ਦਿਨ ਨਹੀਂ ਦੇਖੇ ਰਾਤ ਨਹੀਂ ਦੇਖੇ ਮੇਰਾ ਵੀ ਹੱਕ ਸੀ ਮੈਂ ਵੀ ਪਾਰਟੀ ਚ ਕੰਮ ਕੀਤਾ ਮੈਂ ਕੁਝ ਛੋਣ ਨਹੀਂ ਹਾਰਿਆ ਤੇ ਸਾਰੇ ਕਹਿੰਦੇ ਰਹੇ ਵੀ ਆ ਤੂੰ ਸਭ ਤੋਂ ਤੇਰੇ ਸਰਵੇ ਅੱਗੇ ਨੇ ਦੋ ਸਰਵੇ ਹੋਏ ਨੇ ਕਹਿੰਦੇ ਤੂੰ ਦੋ ਸਰਵੇਾਂ ਚ 70-30 ਦਾ ਫਰਕ ਆ ਇੱਥੋਂ ਤੱਕ ਮੈਨੂੰ ਪਾਰਟੀ ਦੇ ਵੱਡੇ ਅਹੁਦੇਦਾਰਾਂ ਨੇ ਕਿਹਾ ਲਿਸਟਾਂ ਦਿਖਾਈਆਂ ਠੀਕ ਹੈ ਤੇ ਫਿਰ ਆਮ ਘਰਾ ਦੇ ਮੁੰਡੇ ਉੱਪਰ ਕਿਵੇਂ ਆਉਣਗੇ ਮੈਂ ਜਵਾਬ ਮੰਗ ਆਪਾਂ ਕਹਿੰਦੇ ਅਸੀਂ ਆਮ ਨੌਜਵਾਨਾਂ ਨੂੰ ਆਮ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਮੈਂ ਤਾਂ ਆਮ ਹੀ ਐ ਮੇਰੇ ਕੋਲ ਤਾਂ ਮੇਰਾ ਘਰ ਹੈ 78 10 ਕਿੱਲੇ ਜ਼ਮੀਨਾਂ ਤੇ ਮੈਂ ਤਾਂ ਫਿਰ ਆਮ ਹੀ ਐ ਫਰਕ ਇੰਨਾ ਕਾ ਵੀ ਲੋਕ ਆਪਦੇ ਜਵਾਕਾਂ ਨੂੰ ਇਕੱਠਾ ਕਰਦੇ ਆ ਤੇ ਮੈਂ ਸਾਰਾ ਲਾਇਆ ਕਿ ਕਿਵੇਂ ਕਰਾਂ ਦਿਲ ਟੁੱਟਿਆ ਤਾਂ ਅੰਜੂ ਆ ਰਹੇ ਆ ਪਰ ਮੈਂ ਰੋਇਆ ਨਹੀਂ ਸੀ ਕਦੇ ਪਰ ਬਹੁਤ ਮੇਰੇ ਯਾਰ ਦੋਸਤਾਂ ਦੇ ਮੈਸੇਜ ਮੈਨੂੰ ਬਹੁਤ ਫੋਨ ਆਏ ਮੈਂ ਬਹੁਤ ਮਿਹਨਤ ਕੀਤੀ ਹੈ ਕਹਿੰਦੇ ਤਾਂ ਬਹੁਤ ਸ਼ਿਰੇ ਮਿਹਨਤ ਕੀਤੀ ਹੈ ਬਿਲਕੁਲ ਠੀਕ ਹੈ ਜੀ ਮੰਨਦਾ ਪਰ ਮੈਂ ਮੰਨਦਾ ਸੀ ਮੈਂ ਹੋਰ ਕਰੂੰਗਾ ਪਰ ਜਿਸੋ ਹਲਕਾ ਮਰਗੜ ਦੇ ਇੰਚਾਰਜ ਲੱਗਣ ਦੇ ਤੌਰ ਤੇ ਕਿਉਂਕਿ ਥੋੜੇ ਸਮੇਂ ਰਹਿੰਦੇ ਨੇ ਵਿਧਾਨ ਸਭਾ ਚੋਣਾਂ ਚ ਆਪਾਂ ਕਹਿੰਦੇ ਕਿ ਚੰਗੇ ਬੰਦੇ ਅੱਗੇ ਜਾਣੇ ਚਾਹੀਦੇ ਆ ਜਿਹੜੇ ਬੰਦੇ 2017 ਚਕ ਲਹਿਰ ਚ ਬਹੁਤ ਵੱਡੀ ਲਹਿਰ ਚ ਜਿਹੜੇ ਆਪ ਮਹਾਰੇ ਬੱਸਾਂ ਭਰਤੀਆਂ ਸੀ ਆਪ ਮਹਾਰੇ ਲੋਕ ਵੋਟਾਂ ਪਾਉਂਦੇ ਸੀ ਜਦੋਂ ਉਦੋਂ ਨਹੀਂ ਜਿੱਤ ਸਕਕੇ ਤੀਜੇ ਨੰਬਰ ਤੇ ਆਏ ਅਸੀਂ ਫਿਰ ਐਡੇ ਕਮਸਾਣ ਦੇ ਯੁੱਧ ਚ ਅੱਜ ਜਿੱਥੇ ਕੈਪਟਨ ਦੀ ਪਿੱਠ ਤੇ ਪ੍ਰਸ਼ਾਂਤ ਕਸ਼ੋਰ ਵਰਗੇ ਬੈਠੇ ਨੇ ਸੁਖਵੀਰ ਲਵੇ ਅਰ ਬਰ ਰੁਪਿਆ ਪਿਆ ਤੁਸੀਂ ਕਿਵੇਂ ਸੋਚ ਕਿਵੇਂ ਸਕਦੇ ਹੋ ਇਹੋ ਜਿਹੇ ਕੈਂਡੀਡੇਟਾਂ ਨੂੰ ਦੁਬਾਰੇ ਤਾਰਨ ਦਾ ਲੋਕਾਂ ਦੀ ਕਚਹਿਰੀ ਚ ਕੀ ਲੋਕ ਅਕਸੈਪਟ ਕਰ ਲੈਣਗੇ ਨਹੀਂ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਨਹੀਂ ਪਰ ਮੈਂ ਤੁਹਾਨੂੰ ਮੇਰੇ emotions ਸੀਏ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਕਰਨੇ ਚਾਹੀਦੇ ਆ ਪਰ ਮੈਂ ਇੱਕ ਬੇਨਤੀ ਕਰਦਾ ਮੇਰੀ ਗੱਲ ਨੋਟ ਕਰ ਲਿਓ ਲਿਖ ਲਿਓ ਮੈਂ ਹਰ ਪਿੰਡ ਜਾਉਂਗਾ ਹਰ ਗਲੀ ਹਰ ਮਹੱਲੇ ਤੱਕ ਜਾਉਂਗਾ ਜੇ ਅੱਗੇ ਮੈਂ 12 14 ਘੰਟੇ ਕੰਮ ਕਰਦਾ ਸੀ ਤਾਂ ਸ਼ੀਰਾ ਬਣਵਾਉਰਾ 18 ਘੰਟੇ ਕੰਮ ਕਰੂਗਾ 18 ਘੰਟੇ ਕੰਮ ਕਰੂੰਗਾ 24 ਘੰਟੇ ਕੰਮ ਕਰੂੰਗਾ ਕੋਈ ਗੱਲ ਨਹੀਂ ਤੁਹਾਡਾ ਫੈਸਲਾ ਤੁਹਾਨੂੰ ਮੁਬਾਰਕ ਪਾਰਟੀ 'ਚ ਰਹਿ ਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਾਂਗੇ ਦੱਸਾਂਗੇ ਲੋਕਾਂ ਦੇ ਦਹਲਿਜ਼ਾਂ ਤੇ ਜਾ ਕੇ ਨੌਜਵਾਨਾਂ ਨੂੰ ਜਫੀ ਚ ਲੈ ਕੇ ਬਜ਼ੁਰਗਾਂ ਦੇ ਪੈਰਾ ਚ ਡਿੱਗੂਗਾ ਜਾ ਕੇ ਹੱਥ ਜੋੜ ਕੇ ਸਿਰ ਰਗੜੂਗਾ ਮੱਥਾ ਰਗੜੂ ਗੁਰੂ ਘਰਾਂ ਚ ਜਾ ਕੇ ਪਰ ਹਲਕਾ ਮਰਗੜ ਦੀ ਸੇਵਾ ਲੈ ਕੇ ਹਟਾਂਗੇ ਜੇ ਤੁਸੀਂ ਸੋਚਦੇ ਹੋ ਪੈਸੇ ਦੀ ਤਾਕਤ ਦੇ ਨਾਲ ਸ਼ੀਰੇ ਬਨਭੌਰੇ ਨੂੰ ਦਬਾ ਲੋਂਗੇ ਤੇ ਮੈਂ ਦੱਬਦਾ ਨਹੀਂ ਜੇ ਤੁਸੀਂ ਸੋਚਦੇ ਹੋ ਤੁਹਾਡੇ ਮਨਸੂਬੇ ਆਮ ਘਰਾਂ ਦੇ ਨੌਜਵਾਨਾਂ ਨੂੰ ਗਰੀਬ ਘਰਾਂ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਸਰਪੰਚ ਪੰਚ ਬਲਾਕ ਸੰਮਤੀ ਐਮਪੀ ਬਣਾਂਗੇ ਐਮਐਲਏ ਬਣਾਂਗੇ ਉਹਨਾਂ ਨੂੰ ਦਬਾ ਲੂੰਗੇ ਤਾਂ ਮੈਂ ਉਹ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਚੱਕਣਾ ਚੂਰ ਨਹੀਂ ਹੋਣ ਦਿੰਦਾ ਜੇ ਅੱਜ ਸ਼ੀਰਾ ਬਣਭੋਰਾ ਟੁੱਟ ਗਿਆ ਨਾ ਜੇ ਅੱਜ ਮੈਂ ਘਰੇ ਬਹਿ ਗਿਆ ਤਾਂ ਸਾਰੇ ਨੌਜਵਾਨ ਤੇ ਰੀਟਾ ਆ ਜਾਣਗੇ ਹਲਕਾ ਅਮਰਗੜ ਤੋਂ ਭੰਬੜ ਉੱਠੂਗਾ ਚੰਗਿਆੜੀ ਉੱਠੂਗੀ ਸਵੇਰ ਤੋਂ ਗੱਡੀ ਵੀ ਤਿਆਰ ਹੈ ਸ਼ੀਰਾ ਵੀ ਤਿਆਰ ਹੈ ਹਰ ਘਰੇ ਜਾਊਂਗਾ ਹਰ ਨੌਜਵਾਨ ਹਰ ਬਜ਼ੁਰਗ ਹਰ ਮਾਂ ਹਰ ਭੈਣ ਕੋਲੇ ਸਾਰਿਆਂ ਨੂੰ ਲਾਮਬੰਦ ਕਰਕੇ ਪਾਰਟੀ ਨੂੰ ਲੋਕਾਂ ਨੂੰ ਚਾਨਣ ਕਰਾਂਗੇ ਫੈਸਲੇ ਬਦਲਣ ਦੀ ਸਮਰੱਥਾ ਰੱਖਾਂਗੇ ਤਕੜੇ ਹੋ ਕੇ ਲੜਾਈ ਲੜੂੰਗਾ ਆਖਰੀ ਦਮ ਤੱਕ ਆਖਰੀ ਸਾਹ ਤੱਕ ਸਾਰਿਆਂ ਨੂੰ ਬੇਨਤੀ ਕਰਦਾ ਆਸ ਨਾ ਛੱਡਿਓ ਸੀਰਾ ਬਣਵੋਰਾ ਤੁਹਾਡੇ ਨਾਲ ਹੈ ਮੇਰਾ ਪਰਿਵਾਰ ਮੇਰੇ ਬੱਚੇ ਸੀ ਸਾਰੇ ਤੁਹਾਡੀ ਸੇਵਾ ਚ ਹਾਜ਼ਰ ਹਾਂ ਇੱਕ ਇੱਕ ਪਲ ਸਾਡਾ ਸਾਡੇ ਲੋਕਾਂ ਲਈ ਆ ਤਕੜੇ ਰਹੋ ਯੋਧਿਓ ਸ਼ੀਰਾ ਬਣਵੋਰਾ ਤੁਹਾਡੇ ਲਈ ਜੰਮਿਆ ਨੌਕਰੀਆਂ ਛੱਡ ਕੇ ਵਿਦੇਸ਼ਾਂ ਦਾ ਡਾਲਰਾਂ ਨੂੰ ਛੱਡ ਕੇ ਠੁੱਡਾ ਨਹੀਂ ਮਾਰਦਾ ਮੈਂ ਇਹੋ ਜਿਹਾ ਭ੍ਰਿਸ਼ਟਾਚਾਰ ਸਿਸਟਮ ਦੇ ਕਿ ਜਿਹੜਾ ਮੇਰੇ ਲੋਕਾਂ ਨੂੰ ਮੈਥੋਂ ਦੂਰ ਕਰੇ ਮੈਂ ਹਲਕਾ ਮਰਗੜ ਦੀ ਧਰਤੀ ਦੀ ਸੇਵਾ ਲਈ ਤਿਆਰ ਹਾਂ ਇਸ ਫੈਸਲੇ ਦਾ ਵਿਰੋਧ ਕਰਦਾ ਹਾਂ ਔਰ ਤਗੜਾ ਹੋ ਕੇ ਧਰਤੀ ਤੇ ਆਪਣੀ ਮਿੱਟੀ ਤੇ ਉਤਰੂੰਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ